ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਹੈ ਜਿਹੜਾ ਬਹੁਤੀਆਂ ਬਿਮਾਰੀਆਂ ਦਾ ਕਾਰਨ ਹੈ ਕੋਲੇਸਟ੍ਰੋਲ ਕੋਲੇਸਟ੍ਰੋਲ ਹੈ ਕੀ ਹੈ ਹੁੰਦਾ ਕੀ ਹੈ ਖਾਣਾ ਕੀ ਚਾਹੀਦਾ ਹੈ ਆਪਣੇ ਆਪ ਕਿਦਾਂ ਘਟਾ ਸਕਦੇ ਆ ਕੋਲੇਸਟ੍ਰੋਲ ਦੇ ਬਾਰੇ ਪਹਿਲਾਂ ਤਾਂ ਮੈਂ ਥੋੜਾ ਜਿਹਾ ਜਾਣਨ ਪਾਵੇਂ ਹੁੰਦਾ ਕੀ ਹੈ ਫਾਇਰ ਦਾ ਵਧਣਾ ਮੇਦਾ ਦਾ ਬੰਨਾ ਫਿਰ ਚੈਨਲਸ ਨੂੰ ਬਲੌਕ ਕਰਨਾ ਸ਼ੁਰੂ ਕਰਦੇ ਜਿੰਨਾ ਨੂੰ ਕੋਲੇਸਟ੍ਰੋਲ ਜ਼ਿਆਦਾ ਹੋਏਗਾ ਉਹਨਾਂ ਨੂੰ ਚੈਸਟ ਪ੍ਰੋਬਲਮ ਹੋ ਸਕਦੀ ਹੈ ਹਾਰਟ ਅਟੈਕ ਹੋ ਸਕਦਾ ਹੈ ਬਲੱਡ ਪ੍ਰੈਸ਼ਰ ਹੋ ਸਕਦਾ ਸ਼ੂਗਰ ਹੋ ਸਕਦੀ ਹੈ ਸਰਤੋ ਪਰ ਤੱਕ ਜਿੰਨੀਆਂ ਸ਼ਰੀਰ ਦੀਆਂ ਨਾੜੀਆਂ ਨੇ ਜਿਨ੍ਹਾਂ ਦੇ ਵਿੱਚ ਖੂਨ ਦੌਰਾ ਕਰਦਾ ਜਿੱਥੇ ਜਿੱਥੇ ਫੈਟੀ ਸੈਲ ਡਿਪੋਜ਼ਿਟ ਹੋਏਗਾ ਉਥੇ ਉਥੇ ਉਹਦਾ ਨੁਕਸਾਨ ਹੋਏਗਾ ਤੁਸੀਂ ਮੋਸ ਕਰੋ ਕਿ ਸਿਰ ਦੀਆਂ ਨਾੜਾਂ ਨੂੰ ਬਲੌਕ ਕਰ ਗਿਆ ਤੇ ਕਈ ਵਾਰੀ ਸਟ੍ਰੋਕ ਹੋ ਜਾ ਕੋਲੇਸਟ੍ਰੋਲ ਜਮਾ ਹੋਣਾ ਸ਼ੁਰੂ ਹੋਇਆ ਨਹੀਂ ਤੇ ਲਾਈਫ ਦਾ ਰਿਸਕ ਸ਼ੁਰੂ ਹੋਇਆ ਕੱਲਾ ਇੱਕ ਫੈਟ ਦਾ ਸੈੱਲ ਛੋਟਾ ਜਿਹਾ ਤੇ ਸੌ ਬਿਮਾਰੀਆਂ ਕਰ ਸਕਦਾ ਨਾਲੇ ਤੁਸੀਂ ਅੰਗਰੇਜ਼ੀ ਦਵਾਈ ਸ਼ੁਰੂ ਕੀਤੀ ਨਹੀਂ ਤੇ ਸਾਈਡ ਇਫੈਕਟ ਵਧਦੇ ਗਏ ਤੇ ਲਾਈਫ ਦਾ ਫੇਰ ਰਿਸਕ ਹੋ ਗਿਆ। ਲੇਕਿਨ ਸਾਡੀ ਦੇਸੀ ਦਵਾਈ ਕੋਲੇਸਟ੍ਰੋਲ ਦੀ ਨਾਲੇ ਤਾਂ ਕੋਲੇਸਟ੍ਰੋਲ ਫਾਇਦਾ ਕਰ ਜਾਂਦੀ ਹੈ ਕਈਆਂ ਦੀਆਂ ਦਰਦਾਂ। ਉਹ ਕੇਸ ਜਿਨ੍ਹਾਂ ਦੇ 4-4 5-500 ਟੋਟਲ ਕ੍ਰੈਸਟੋਲ 4-400 3-300 ਤੋਂ ਉੱਪਰ ਟ੍ਰਾਈਗlycerides 40 ਹੀ ਤੇ। ਜਦੋਂ ਅਸੀਂ ਤੁਹਾਨੂੰ ਕ੍ਰੈਸਟੋਲ ਦੀ ਦਵਾਈ ਭੇਜੀ ਕੋਈ ਅੰਗਰੇਜ਼ੀ ਦਵਾਈ ਖਾਣ ਦੀ ਲੋੜ ਨਹੀਂ ਨਾਲ ਹੀ ਛੱਡ ਦਿਓ। ਤੇ ਕੋਲੇਸਟ੍ਰੋਲ ਦਾ ਨੁਸਖਾ ਕੋਈ ਜ਼ਿਆਦਾ ਮਿੰਗਰ ਨਹੀਂ। ਔਰ ਫਿਰ ਸ਼ਰਤਾਂ ਨਮਸਕਾਰ ਸਤ ਸ੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਨੇਚਰਲ ਹੋਲਿਸਟਿਕ ਹਰਬਲ ਆਯੁਰਵੈਦਿਕ ਹੈਲਥ ਸੈਂਟਰ ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਇਨ ਆਰ ਕੇ ਹੋਲਿਸਟਿਕ ਹਰਬਲ ਨੇਚਰਲ ਹੈਲਥ ਸੈਂਟਰ ਪਿਆਰੇ ਦਰਸ਼ਕੋ ਸਟਾਰਟ ਜੀ ਪਹਿਲਾਂ ਦੱਸ ਦਈਏ ਅੱਜ ਆਪਾਂ ਕਿਸ ਟੌਪਿਕ ਤੇ ਗੱਲ ਕਰਨੀ ਹੈ ਜਿਹੜਾ ਬਹੁਤੀਆਂ ਬਿਮਾਰੀਆਂ ਦਾ ਕਾਰਨ ਹੈ ਕੋਲੇਸਟ੍ਰੋਲ ਕੋਲੇਸਟ੍ਰੋਲ ਹੈ ਕੀ ਹੈ ਹੁੰਦਾ ਕੀ ਹੈ ਖਾਣਾ ਕੀ ਚਾਹੀਦਾ ਆਪਣੇ ਆਪ ਕਿਦਾਂ ਘਟਾ ਸਕਦੇ ਆ ਅੰਗਰੇਜ਼ੀ ਦਵਾਈਆਂ ਤੋਂ ਕਿਦਾਂ ਬਚ ਸਕਦੇ ਆ ਸਾਰੀ ਉਮਰ ਅੰਗਰੇਜ਼ੀ ਦਵਾਈਆਂ ਖਾਂਦੇ ਰਹਿਣ ਤੋਂ ਕਿਦਾਂ ਬਚ ਸਕਦੇ ਆ ਉਹਦੇ ਬਾਰੇ ਗੱਲਾਂ ਕਰਾਂਗੇ ਉਹਦੇ ਨਾਲ ਨਾਲ ਤੁਸੀਂ ਇੰਨੇ ਸਾਲਾਂ ਤੋਂ ਮੇਰੇ ਪ੍ਰੋਗਰਾਮ ਕਿੰਨੇ ਪੰਜਾਬੀ ਚੈਨਲ 'ਤੇ ਦੇਖ ਚੁੱਕੇ ਹੋ ਔਰ ਹਰ ਵਾਰੀ ਮੈਂ ਇਹ ਦੱਸਿਆ ਕਿ ਹਰ ਬਿਮਾਰੀ ਦਾ ਇਲਾਜ ਅਸੀਂ ਆਯੁਰਵੈਦਿਕ ਤਰੀਕੇ ਨਾਲ ਹੋਮੋਪੈਥਿਕ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਕੁਦਰਤੀ ਜੜੀਆਂ ਬੂਟੀਆਂ ਦੇ ਸਪਲੀਮੈਂਟਸ ਨਾ ਕਰਦੇ ਆ ਤਾਂ ਕਿ ਕੋਈ ਸਾਈਡ ਇਫੈਕਟ ਨਾ ਹੋਵੇ। ਔਰ ਆਪਣੇ ਸਾਰੇ ਪੰਜਾਬੀਆਂ ਨੂੰ ਇੰਡੀਅਨਸ ਨੂੰ ਆਲਰੇਡੀ ਪਤਾ ਹੈ ਕਿ ਦੇਸੀ ਦਵਾਈ ਹਮੇਸ਼ਾ ਜਿਵੇਂ ਨੇ ਭਾਵੇਂ ਜੀ ਹੌਲੀ ਹੋਲੀ ਰਾਮ ਆਵੇ ਲੇਕਿਨ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਔਰ ਬਿਮਾਰੀ ਨੂੰ ਜੜੋਂ ਖਤਮ ਕਰਦੀ। ਅਸੀਂ ਕਹਿੰਦੇ ਜਰੂਰ ਆ ਵੀ ਦੇਸੀ ਦਵਾਈ ਨਾਲ ਹੌਲੀ ਹੋਲੀ ਪਰ ਹੁਣ ਮਟੀਰੀਆ ਮੈਡੀਕਲ ਇੰਨਾ ਡਵੈਲਪ ਹੋ ਚੁੱਕਾ ਹੈ ਬੜੀਆਂ ਬੜੀਆਂ ਨਵੀਆਂ ਸੈਂਟਰ ਤੇ ਦਵਾਈਆਂ ਬਣ ਚੁੱਕੀਆਂ ਜਿਹਦੇ ਨਾਲ ਉਹ ਹੀ ਹੌਲੀ ਹੌਲੀ ਦੀ ਬਜਾਏ ਜਲਦੀ ਆਰਾਮ ਕੋਲੇਸਟ੍ਰੋਲ ਦੀ ਦਵਾਈ ਜਿੱਦਾਂ ਤੁਸੀਂ ਅੰਗਰੇਜ਼ੀ ਦਵਾਈ ਲਿਪੀਟੋਰ ਜ਼ੋਕੋਰ ਕ੍ਰੈਸਟੋਰ ਐਟ੍ਰੋਵਾਸਟਾਟਿਨ ਸੇਮੇਵਾਸਟਾਟਿਨ ਫੈਨੋਫਾਈਬ੍ਰਿਡ ਕਿੰਨੇ ਲੰਬੇ ਅਰਸੇ ਤੋਂ ਖਾ ਰਹੇ ਹੋ ਔਰ ਉਹਦੇ ਕਿੰਨੇ ਕੁ ਸਾਈਡ ਇਫੈਕਟ ਨੇ ਸੱਚ ਪੁੱਛੋ ਤੇ ਬਹੁਤੀਆਂ ਗੱਲਾਂ ਸੀ ਜਿਆਦਾ ਟੀਵੀ ਤੇ ਅਨਾਉਂਸ ਨਹੀਂ ਕਰੀਦੀਆਂ ਕਿ ਫੈਡਰਲ ਕੰਪਨੀ ਇਹਨਾਂ ਸਾਡੇ ਪਿੱਛੇ ਪੈ ਜਾਣ ਕਿ ਸਾਡੀਆਂ ਦਵਾਈਆਂ ਬੰਦ ਕਰਾ ਰਹੇ ਕਿਉਂਕਿ ਬੜਾ ਤਗੜਾ ਮਾਫੀਆ ਬੜੀ ਤਗੜੀ ਸੇਲ ਇਹਨਾਂ ਦੀ ਕਰੋੜਾਂ ਅਰਬਾਂ ਡਾਲਰਾਂ ਦੀ ਸੇਲ ਜੇ ਐਲਿਪੀਟੋਰ ਵਗੈਰਾ ਦੀ ਐਟਰੋਵਾਸਟਾਟਿਨ ਵਗੈਰਾ ਔਰ ਜ਼ਰੂਰਤੋਂ ਜ਼ਿਆਦਾ ਇਹਦੇ ਸਾਈਡ ਇਫੈਕਟ ਹੈ ਜਿਹੜੇ ਪੜੇ ਲਿਖੇ ਸੱਜਣੋਂ ਪੜ ਵੀ ਲੈਂਦੇ ਆ ਕਈ ਡਾਕਟਰਸ ਖੁਦ ਤੁਹਾਨੂੰ ਮਨਾ ਕਰਦੇ ਵੀ ਇਹ ਨਾ ਹੀ ਸ਼ੁਰੂ ਕਰੋ ਤਾਈਂ ਤੁਸੀਂ ਯੋਧ ਕਰੋ ਕਿ ਜਦੋਂ ਤੁਹਾਡੇ ਬਲੱਡ ਟੈਸਟ ਕੋਲੇਸਟ੍ਰੋਲ ਜਿਆਦਾ ਹੋ ਤਾਂ ਤੁਹਾਨੂੰ ਡਾਕਟਰ ਖੁਦ ਸਾਲ 6 ਮਹੀਨੇ ਦਵਾਈ ਨਹੀਂ ਦਿੰਦੇ ਪਹਿਲਾਂ ਕਹਿੰਦੇ ਤੁਸੀਂ ਆਪਣੇ ਆਪ ਫ੍ਰੇਜ਼ ਕਰ ਲਓ। ਔਰ ਅਸੀਂ ਉਹ ਕੇਸ ਜਿਨ੍ਹਾਂ ਦੇ 4 4 5 500 ਟੋਟਲ ਕੋਲੇਸਟ੍ਰੋਲ 4 400 3 300 ਤੋਂ ਉੱਪਰ ਟ੍ਰਾਈਗਲਿਸਰਾਈਡਸ ਹੋ ਠੀਕ ਹੀ ਤੇ। ਕੋਲੇਸਟ੍ਰੋਲ ਦੇ ਬਾਰੇ ਪਹਿਲਾਂ ਤਾਂ ਮੈਂ ਥੋੜਾ ਜਿਹਾ ਚਾਨਣ ਪਾਉਂ ਮੈਂ ਹੁੰਦਾ ਕੀ ਹੈ? ਇਹ ਇੱਕ ਛੋਟਾ ਜਿਹਾ ਵੈਕਸੀ ਸਬਸਟੈਂਸ ਦਾ ਮومی ਜਿਹਨੂੰ ਕਹਿੰਦੇ ਆ ਛੋਟਾ ਜਿਹਾ ਸਬਸਟੈਂਸ ਹੈ ਸੈੱਲ ਹੈ ਔਰ ਇਹ ਹੋਣਾ ਵੀ ਜ਼ਰੂਰੀ ਚਾਹੀਦਾ ਕਿਉਂਕਿ ਜਿਹੜੀਆਂ ਸੈੱਲ ਮੈਂਬਰਨਸ ਨੂੰ ਇਹ ਥੋੜੀ ਜੀ ਸਟਰੈਂਥ ਵੀ ਦਿੰਦਾ ਲੇਕਿਨ ਜਦੋਂ ਇਹ ਵੱਧ ਜਾਏ ਤੇ ਉਹਦੇ ਕਿੰਨੇ ਨੁਕਸਾਨ ਨੇ ਇਸੇ ਕਰਕੇ ਕਹਿੰਦੇ ਆ ਦੋ ਤਰ੍ਹਾਂ ਦਾ ਹੁੰਦਾ ਇੱਕ LDL ਤੇ ਇੱਕ HDL HDL ਦਾ ਮਤਲਬ ਹੈ ਹਾਈ ਡੈਨਸਿਟੀ ਲਾਈਪੋਪ੍ਰੋਟੀਨਸ LDL ਦਾ ਮਤਲਬ ਹੈ ਲੋ ਡੈਨਸਿਟੀ ਲਾਈਪੋਪ੍ਰੋਟੀਨਸ HDL 70 ਹੋਵੇ LDL 130 ਹੋਵੇ ਟੋਟਲ 200 ਹੋਵੇ ਐਨਓਸੀ ਨਾਰਮਲ ਕਹਿੰਦੇ ਆ ਜਿਹਦੇ ਕਰਕੇ ਅਸੀਂ ਹਮੇਸ਼ਾ ਕਰੇ ਕਿ ਫॉर ਈਚ ਐਂਡ ਐਵਰੀ 1 ਪਾਰਟ ਆਫ ਗੁੱਡ ਕੋਲੇਸਟ੍ਰੋਲ ਇੱਕ ਗੁੱਡ ਕੋਲੇਸਟ੍ਰੋਲ ਦਾ ਪਾਰਟ ਹਰ ਦੋ ਕੋਲੇਸਟ੍ਰੋਲ ਦੇ ਪਾਰਟ ਕਰਕੇ ਜ਼ਰੂਰੀ ਹੋਣਾ ਚਾਹੀਦਾ 2 ਪੁਆਇੰਟ ਜੇ ਕੋਲੇਸਟ੍ਰੋਲ ਦੇ ਤੇ 1 ਪੁਆਇੰਟ ਉਹਦੇ ਮਗਰ ਗੁੱਡ ਕੋਲੇਸਟ੍ਰੋਲ ਦਾ ਜ਼ਰੂਰ ਹੋਣਾ ਚਾਹੀਦਾ ਔਰ ਅੱਜ ਕੱਲ ਤੁਸੀਂ ਦੇਖੋ ਜਵਾਨ ਜਵਾਨ ਮੁੰਡਿਆਂ ਦਾ ਦੇਖੋ ਕੋਲੇਸਟ੍ਰੋਲ 2200 ਤੋਂ ਉੱਪਰ ਹੁੰਦਾ ਔਰ ਉਹ ਲੋਕ ਜਿਹੜੇ ਕਿੰਨੇ ਸਾਲਾਂ ਤੋਂ ਕੋਲੇਸਟ੍ਰੋਲ ਦੀ ਦਵਾਈ ਖਾ ਰਹੇ ਨੇ ਔਰ ਫੇਰ ਵੀ ਕੰਟਰੋਲ ਨਹੀਂ ਕੰਟਰੋਲ ਦਾ ਮਤਲਬ ਹੈ ਕਿ ਤੁਸੀਂ ਜਦੋਂ ਕੋਈ ਐਲੋਪੈਥੀ ਦਵਾਈ ਖਾਂਦੇ ਨੰਬਰ ਕੰਟਰੋਲ ਰਹਿੰਦਾ ਬਿਮਾਰੀ ਝੜੋ ਨਹੀਂ ਜਾਂਦੀ ਬਲਕਿ ਸੌ ਸਾਈਡ ਇਫੈਕਟ ਕਰ ਜਾਂਦੀ ਹੈ ਕੋਲੇਸਟ੍ਰੋਲ ਹੁੰਦਾ ਕੀ ਹੈ ਦੇਖੋ ਜਦੋਂ ਇਹ ਕੋਲੇਸਟ੍ਰੋਲ ਬੰਨਾ ਸ਼ੁਰੂ ਹੁੰਦਾ ਔਰ ਆਮ ਅਸੀਂ ਜਿਹੜਾ ਖਾਣਾ ਖਾਂਦੇ ਇਹਨੇ ਸਾਨੂੰ ਸਰੀਰ ਚ ਤਾਕਤ ਦੇਣੀ ਹੁੰਦੀ ਹੈ ਔਰ ਜਿਹੜੇ ਨਿਊਟ੍ਰੀਐਂਟਸ ਨੇ ਜਾ ਕੇ ਨਿਊਟ੍ਰੀਸ਼ਨ ਨੇ ਜਾ ਕੇ ਸਾਰੀ ਬਾਡੀ ਦੀ ਚੈਨਲਸ ਐਬਜ਼ਾਰਬ ਹੋ ਕੇ ਸਾਨੂੰ ਤਾਕਤ ਦੇਣੀ ਹੁੰਦੀ ਹੈ ਜੇ ਉਹ ਆਮਾ ਆਮਾ ਦਾ ਮਤਲਬ ਹੈ ਫੈਟ ਆਮਾ ਦਾ ਮਤਲਬ ਅਨਡਾਈਜੈસ્ਟਿਡ ਫੂਡ ਮਟੀਰੀਅਲ ਆਮ ਬਣਨ ਲੱਗ ਜਾਏ ਆਮ ਇਕੱਠੀ ਹੁੰਦੀ ਹੈ ਔਰ ਆਮਾ ਦਾ ਮਤਲਬ ਅਨਡਾਈਜੈસ્ਟਿਡ ਫੂਡ ਮਤਲਬ ਜਿਹੜਾ ਖਾਣਾ ਹਜ਼ਮ ਨਹੀਂ ਹੁੰਦਾ ਉਹ ਆਮ ਬਣਦੀ ਹੈ ਆਮ ਤੋਂ ਬਾਅਦ ਫਿਰ ਉਹ ਕੰਮੂਲੇਸ਼ਨ ਹੁੰਦੀ ਤੇ ਉਹ ਫੈਟ ਬਣ ਜਾਂਦੀ ਜਿਹਨੂੰ ਆਪਾਂ ਆਯੁਰਵੇਦ ਕਿਹਨੇ ਮੇਦਾ ਇਹ ਆਮ ਦਾ ਬੰਨਾ ਫਾਇਰ ਦਾ ਬਦਨਾ ਮੇਦਾ ਦਾ ਬੰਨਾ ਫਿਰ ਚੈਨਲਸ ਨੂੰ ਬਲੌਕ ਕਰਨਾ ਸ਼ੁਰੂ ਕਰ ਦਿੰਦਾ ਔਰ ਇਹਦੇ ਨਾਲ ਫਿਰ ਕੀ ਕੀ ਹੋ ਸਕਦਾ ਡਿਸਨੀਆ ਡਿਸਨੀਆ ਦਾ ਮਤਲਬ ਹੈ ਪੇਨਫੁਲ ਰੈਸਪੀਰੇਸ਼ਨ ਮਤਲਬ ਸਾਹ ਲੈਣ ਚ ਤਕਲੀਫ ਹੋਏਗੀ ਜਿਨ੍ਹਾਂ ਨੂੰ ਕੋਲੇਸਟ੍ਰੋਲ ਜ਼ਿਆਦਾ ਹੋਏਗਾ ਉਹਨਾਂ ਨੂੰ ਚੈਸਟ ਪ੍ਰੋਬਲਮ ਹੋ ਸਕਦੀ ਹੈ ਹਾਰਟ ਅਟੈਕ ਹੋ ਸਕਦਾ ਹੈ ਬਲੱਡ ਪ੍ਰੈਸ਼ਰ ਹੋ ਸਕਦਾ ਸ਼ੂਗਰ ਹੋ ਸਕਦੀ ਹੈ ਔਰ ਚੈਨਲਸ ਬਲੌਕ ਹੋਣ ਦੇ ਨਾਲ ਬਲੱਡ ਸਰਕੂਲੇਸ਼ਨ ਬ੍ਰੋਕ ਹੋ ਜਾਂਦੀ ਹੈ ਤੁਸੀਂ ਇੱਕੋ ਹੀ ਗੱਲ ਰੱਖੋ ਕਿ ਸਿਰ ਤੋਂ ਪੈਰ ਤੱਕ ਜਿੰਨੀਆਂ ਸ਼ਰੀਰ ਦੀਆਂ ਨਾੜੀਆਂ ਨੇ ਜਿਨ੍ਹਾਂ ਦੇ ਵਿੱਚ ਖੂਨ ਦੌਰਾ ਕਰਦਾ ਜਿੱਥੇ ਜਿੱਥੇ ਫੈਟੀ ਸੈਲ ਡਿਪੋਜ਼ਿਟ ਹੋਏਗਾ ਉੱਥੇ ਉੱਥੇ ਉਹਦਾ ਨੁਕਸਾਨ ਹੋਏਗਾ ਨੁਕਸਾਨ ਕੀ ਹੋ ਸਕਦਾ ਕਈ ਵਾਰੀ ਕਿੰਨਾਕ ਡੇਂਜਰਸ ਹੋ ਸਕਦਾ ਡੇਂਜਰਸ ਦਾ ਮਤਲਬ ਜੇ ਸਮਝੋ ਇਹ ਫੈਟੀ ਸੈਲ ਸਮੋਸ ਕਰੋ ਵੀ ਸਿਰ ਦੀਆਂ ਨਾੜਾਂ ਨੂੰ ਬਲੌਕ ਕਰ ਗਿਆ ਤੇ ਕਈ ਵਾਰੀ ਸਟ੍ਰੋਕ ਹੋ ਜਾਂਦਾ ਜਸਟ ਦੀ ਅਨਾੜਾ ਚਾਤੀ ਦੀਆਂ ਨਾੜੀਆਂ ਨੂੰ ਬਲੌਕ ਕਰ ਰਿਹਾ ਜਾਂ ਹਾਰਟ ਦੀਆਂ ਨਾੜੀਆਂ ਨੂੰ ਖੂਨ ਦੀਆਂ ਨੂੰ ਬਲੌਕ ਕਰ ਰਿਹਾ ਤੇ ਹਾਰਟ ਅਟੈਕ ਹੋ ਸਕਦਾ ਕਈ ਵਾਰੀ ਬਲੱਡ ਪ੍ਰੈਸ਼ਰ ਵੱਜੇ ਸਿਰ ਪਰ ਆਹੋ ਜੇ ਕਈ ਵਾਰੀ ਬਲੱਡ ਪ੍ਰੈਸ਼ਰ ਦੇ ਨਾਲ ਵੀ ਨਾੜ ਫਟ ਜਾਂਦੀ ਇੱਕ ਵਾਰੀ ਸਿਰ ਦੀ ਨਾੜ ਫਟ ਗਈ ਤੇ ਜਾਨ ਦਾ ਖਤਰਾ ਹੀ ਹੈ ਬੇਉਸ਼ੀ ਹੋ ਜਾਂਦੀ ਹੈ ਯਾਦਸ਼ਟ ਚਲੀ ਜਾਂਦੀ ਹੈ ਔਰ ਲਾਸ ਆਫ એનર્ਜੀ ਸਰੀਰਕ એનર્ਜੀ ਵੀ ਤੇ ਮੈਨ ਪਾਵਰ ਜਿਹਨੂੰ ਆਪਾਂ ਹਰ ਵਾਰੀ ਦੱਸਿਆ ਸੈਕਸੂਅਲ એનર્ਜੀ ਵੀ ਖਤਮ ਹੋ ਜਾਂਦੀ ਹੈ ਕੋਲੇਸਟ੍ਰੋਲ ਦੇ ਨੁਕਸਾਨ ਕਿੰਨੇ ਲਾਸ ਆਫ ਲਿਬਿਡੋ ਮਰਦਾਨਾ ਤਾਕਤ ਖਤਮ ਲਾਸ ਆਫ એનર્ਜੀ ਲਾਸ ਆਫ ਨਿਊਟ੍ਰੀਸ਼ਨ ਲਾਸ ਆਫ ਐਪੀਟਾਈਟ ਲਾਸ ਆਫ ਸਲੀਪ ਹਾਂ ਇਹ ਹੈ ਕਿ ਜਦੋਂ ਫੈਟ ਜ਼ਿਆਦਾ ਬਣਨ ਲੱਗ ਜਾਂਦੀ ਹੈ ਬੰਦਾ ਲਿਥਾਰਜੀਕ ਹੋ ਜਾਂਦਾ ਸੁਸਤੀ ਪੈਣੀ ਨੀਂਦ ਜ਼ਿਆਦਾ ਆਣੀ ਬਲੱਡ ਪ੍ਰੈਸ਼ਰ ਦਾ ਵਧ ਜਾਣਾ ਸ਼ੂਗਰ ਦਾ ਵਧ ਜਾਣਾ lack of exercise ਕਰਕੇ sedentary lifestyle ਕਰਕੇ ਤੇ ਬਦਪ੍ਰੇਜ਼ੀਆਂ ਬਦਪ੍ਰੇਜ਼ੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੇ ਵੀ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਪਰ ਯਾਦ ਰੱਖਣਾ ਕੱਲਾ ਇੱਕ ਫੈਟ ਦਾ ਸੈੱਲ ਛੋਟਾ ਜਾ ਤੇ 100 ਬਿਮਾਰੀਆਂ ਕਰ ਸਕਦਾ ਸੋ ਪਿਆਰੇ ਦਰਸ਼ਕੋ LDL HDL triglycerides total cholesterol ਨਾਰਮਲ ਰੇਂਜ ਰਵੇ ਤਾਂ ਠੀਕ ਹੈ ਔਰ ਕੋਲੇਸਟ੍ਰੋਲ ਨੂੰ ਤੁਸੀਂ ਹਮੇਸ਼ਾ ਪ੍ਰੇਜ਼ ਕੀਆ ਦੇ ਲਈ ਤੁਹਾਡਾ ਪ੍ਰੇਜ਼ ਇਹ ਹੈ ਕਿ ਪਹਿਲਾਂ ਤੇ ਐਕਸਰਸਾਈਜ਼ ਕਰੋ ਸੈਡੈਂਟਰੀ ਲਾਈਫਸਟਾਈਲ ਛੱਡੋ ਖਾ ਕੇ ਕਦੀ ਲੇਟਣਾ ਨਹੀਂ ਔਰ ਜਿਆਦਾ ਪ੍ਰੇਜ਼ ਕਿਹੜੀਆਂ ਚੀਜ਼ਾਂ ਦਾ ਹੁੰਦਾ ਹੈ ਫੈਟੀ ਫਰਾਈਡ ਸਪਾਈਸੀ ਤਲੀਆਂ ਮਲੀਆਂ ਚੀਜ਼ਾਂ ਦਾ ਸਮੋਸੇ ਟਿੱਕੀਆਂ ਪਠੂਰੇ ਛਲੇ ਘੱਟ ਮਿਲਕ ਪ੍ਰੋਡਕਟਸ ਘੱਟ ਚੀਜ਼ ਨਹੀਂ ਪਨੀਰ ਨਹੀਂ ਨੋ ਕੇਕਸ ਨੋ ਪੇਸਟਰੀਸ ਨੋ ਚਾਕਲੇਟ ਨੋ ਮਿਲਕ ਪ੍ਰੋਡਕਟਸ ਮਠਿਆਈਆਂ ਕੱਟ ਪੇਸਟਰੀਜ਼ ਕੱਟ ਪਨੀਰ ਕੱਟ ਫਰਾਈਡ ਫੂਡ ਕੱਟ ਔਰ ਅੰਡੇ ਵੀ ਕੱਟ ਅੰਡੇ ਜਿਹੜੇ ਬਹੁਤੇ ਖਾਂਦੇ ਆ ਪਹਿਲੀ ਗੱਲ ਤੇ ਯੈਲੋ ਨਹੀਂ ਖਾਣਾ ਜੇ ਖਾਣਾ ਤੇ 2 ਜਾਂ 3 ਅੰਡੇ ਇੱਕ ਵੀਕ ਚ ਖਾਓ ਅੱਛਾ ਗੱਲ ਆ ਗਈ ਹੋਰ ਪ੍ਰੇਜ਼ ਵੀ ਐ ਕਿ ਸਭ ਤੋਂ ਵੱਡਾ ਪ੍ਰੇਜ਼ ਇੱਕ ਵੀ ਨੈਵਰ ਟੇਕ ਨੈਪ ਡਿਊਰਿੰਗ ਡੇ ਟਾਈਮ ਦੇ ਡੇ ਟਾਈਮ ਸੌਣ ਦੀ ਆਦਤ ਘਟਾਓ ਬਹੁਤ ਹੀ ਦੁਨੀਆ ਨੂੰ ਆਦਤ ਆ ਵੀ ਲੰਚ ਕੀਤਾ ਨਾਲ ਹੀ लेट ਗਏ ਜਦੋਂ ਆਪਾਂ ਲੰਚ ਕਰਕੇ ਨਾਲ ਹੀ लेट ਜਾਂਦੇ ਆ ਖਾਣਾ ਹਜ਼ਮ ਹੋਣ ਦੀ ਬਜਾਏ ਉਹ ਫੈਟ ਬਣਾ ਲੈਂਦਾ ਚਰਬੀ ਬੰਨੀ ਸ਼ੁਰੂ ਹੋਈ ਨਹੀਂ weight ਵਧਣਾ ਸ਼ੁਰੂ ਹੋਇਆ ਨਹੀਂ ਮੋਟਾਪਾ ਆਣਾ ਸ਼ੁਰੂ ਹੋਇਆ ਨਹੀਂ ਫਿਰ ਉਸ ਤੋਂ ਬਾਅਦ ਕੀ ਹੋਰ ਹੋਏਗਾ ਪਸੀਨਾ ਆਣਾ ਸ਼ੁਰੂ ਹੋ ਜਾਏਗਾ ਹੋਰ ਲੱਛਣ ਕੀ ਆ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਹੁੰਦਾ ਉਹਨਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਸਰੀਰ ਚੋਂ ਸਮੈਲ ਆ ਜਾਂਦੀ ਆ ਔਰ ਕਈ ਵਾਰੀ ਹਾਰਟ ਅਟੈਕ ਦੇ ਚਾਂਸਸ ਜ਼ਿਆਦਾ ਹੁੰਦੇ ਆ ਹਾਰਟ ਅਟੈਕ ਚਾਂਸਸ ਕਿਉਂ ਹੈ ਕਿ ਇੱਕ ਆਰਟਰੀ ਜਿਹਨੂੰ ਆਪਾਂ ਕਹਿੰਦੇ ਕੋਰੋਨਰੀ ਆਰਟਰੀ ਜਿਹਦਾ ਮਤਲਬ ਹੈ ਕਿ ਜਿਹੜੀ ਆਰਟਰੀ ਖੂਨ ਦਾ ਦੌਰਾ ਹਾਰਟ ਨੂੰ ਲਿਜਾ ਰਹੀ ਹੈ ਜੇ ਉਹਦੇ ਵਿੱਚ ਕੋਈ ਕੋਲੇਸਟ੍ਰੋ ਬਲੌਕ ਆ ਜਾਏ ਤੇ ਕੋਰੋਨਰੀ ਹਾਰਟ ਡਿਜ਼ੀਜ਼ ਤਾਂ ਹੀ ਆ ਕਹਿੰਦੇ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਚ ਇੱਕਾਂ ਦੀ ਸੀਐਚਡੀ ਕੋਰੋਨਰੀ ਹਾਰਟ ਡਿਜ਼ੀਜ਼ ਉੱਥੇ ਜਾ ਕੇ ਹਾਰਟ ਦੇ ਅਟੈਕ ਦੇ ਚਾਂਸਸ ਜ਼ਿਆਦਾ ਹਾਰਟ ਅਟੈਕ ਹੋਏਗਾ ਇੱਕਦਮ ਤਰੇਲੀ ਆਣਗੀਆਂ ਸਵियर ਪੇਨ ਹੋਏਗੀ ਛਾਤੀ ਦੇ ਵਿੱਚ ਖੱਬੇ ਪਾਸੇ ਬਾਹਨ ਵੀ ਜਾਏਗੀ ਚੀਕਸ ਵੱਲ ਨੂੰ ਜਾਏਗੀ ਆਰਮਸ ਵੱਲ ਨੂੰ ਵੀ ਜਾਏਗੀ ਲੱਖਾਂ ਐਪੀਸੋਡ ਚੱਗੇ ਮੈਂ ਡਿਸਕਸ ਕਰਕੇ ਕਲੀਅਰ ਦੱਸ ਚੁੱਕਾ ਸੋ ਜਿੰਨਾ ਕੁ ਟਾਈਮ ਹੁੰਦਾ ਥੋੜਾ ਬੋਤਾ ਤੁਹਾਡੀ ਨੋਲਿਜ ਵਧਾਣੀ ਹੁੰਦੀ ਥੋੜਾ ਪ੍ਰੇਜ਼ ਦੱਸਣਾ ਹੁੰਦਾ ਪਰ ਇਹ ਸ਼ਰਤੀਆ ਜੇ ਕਿ ਸਾਡੀ ਕੋਲੇਸਟ੍ਰੋਲ ਦੀ ਦਵਾਈ ਨੇ ਕਮਾਲ ਕੀਤੇ ਜੇ 3 ਟੂ 6 ਮੰਥਸ ਸੀ ਉਹਨਾਂ ਨੂੰ ਕਿੰਨੇ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਜੇ ਥੋੜਾ ਹੀ ਕੋਲੇਸਟ੍ਰੋਲ ਹੋਵੇ ਤੇ ਕਈ ਵਾਰੀ 1-2 ਮਹੀਨੇ ਦਵਾਈ ਦੁਬਾਰਾ ਲੋੜ ਨਹੀਂ ਪੈਂਦੀ ਔਰ ਕੋਈ ਸਾਈਡ ਇਫੈਕਟ ਨਹੀਂ ਮੇਰੇ ਇੰਨੇ ਲੱਖਾਂ ਐਪੀਸੋਡ ਦੇ ਵਿੱਚ ਤੁਸੀਂ ਨੋਟ ਕੀਤਾ ਮੈਂ ਹਰ ਵਾਰੀ ਦੱਸਿਆ ਕਿ ਕੋਲੇਸਟ੍ਰੋਲ ਦੀ ਦਵਾਈ ਨਾਲ ਦਰਦਾਂ ਠੀਕ ਹੋ ਜਾਂਦੀਆਂ ਦਰਦਾਂ ਦੀ ਦਵਾਈ ਨਾਲ ਕੋਲੇਸਟ੍ਰੋਲ ਠੀਕ ਹੁੰਦਾ ਇਹ ਕਿਉਂਕਿ ਆਯੁਰਵੈਦਿਕ ਫਾਰਮੂਲੇ ਬਲੈਂਡ ਫਾਰਮੂਲੇ ਹੁੰਦੇ ਉਹਨਾਂ ਵਿੱਚ ਕਈ ਤਰ੍ਹਾਂ ਦੇ ਤੱਤ ਹੁੰਦੇ ਜਿੱਦਾਂ ਕਈ ਤਰ੍ਹਾਂ ਦੇ ਗੁੱਗਲਸ ਵੀ ਹੁੰਦੇ ਇਹ ਚੀਜ਼ਾਂ ਇੱਕ ਤਾਂ ਵੈਸੇ ਤਾਂ ਕੋਲੇਸਟ੍ਰੋਲ ਤੁਸੀਂ ਅੱਧਾ ਤੇ ਆਪ ਹੀ ਠੀਕ ਕਰ ਸਕਦੇ ਹੋ ਮੇਰੇ ਹਰ ਨੁਸਖੇ 'ਚ ਕਈ ਵਾਰੀ ਮੈਂ ਕਿੰਨੇ ਨੁਸਖੇ ਦੱਸ ਚੱਕਾਂ ਤੁਸੀਂ ਕੀ ਕਰਨਾ ਜਦੋਂ ਜਿੰਜਰ ਟਰਮੈਰਿਕ گارਲਿਕ ਸਿਨਮਨ ਅਦਰਕ ਲਸਣ ਪਿਆਜ਼ ਤੇ ਸਿਨਮਨ ਦਾਲਚੀਨੀ ਇਹੋ ਜੀਆਂ ਚੀਜ਼ਾਂ ਤੁਹਾਡੇ ਸਾਰੀਆਂ ਰਸੋਈ ਚ ਪਈਆਂ ਇਹ ਚੀਜ਼ਾਂ ਤੇ ਜਿਆਦਾ ਜ਼ੋਰ ਇਹਦੀ ਭਾਵੇਂ ਪੇਸਟ ਬਣਾਓ ਭਾਵੇਂ ਉਦਾਂ ਖਾਓ ਨਹੀਂ ਤੇ ਬ੍ਰੇਕਫਾਸਟ ਦੇ ਵੇਲੇ ਦੋ گارਲਿਕ ਦੇ ਕਲੋਬਸ ਹਰ ਬੰਦਾ ਜਿਹਦਾ ਕੋਲੇਸਟ੍ਰੋ ਜਿਆਦਾ ਬ੍ਰੇਕਫਾਸਟ ਦੇ ਨਾਲ ਹੀ ਸਵੇਰੇ ਸਵੇਰੇ گارਲਿਕ ਦੇ ਦੋ ਤੁਰੀਆਂ ਠੀਕ ਆ 스ਮੈਲ ਆਂਦੀ ਆ ਤੇ ਭਾਵੇਂ ਤੁਸੀਂ ਜਿੱਦਾ ਮਰਜ਼ੀ ਹੋਰ ਤਰੀਕੇ ਨਾਲ ਇਹਨੇ ਦੱਸ ਚੁੱਕਾ ਪੇਸਟ ਬਣਾ ਲਓ ਗਾਰਲਿਕ ਜੂਸ ਪੀ ਲਓ ਗਾਰਲਿਕ ਦੀ ਚਾਹ ਪੀ ਲਓ ਗਾਰਲਿਕ ਚੰਗਾ ਬਲੱਡ ਪ੍ਰੈਸ਼ਰ ਲਈ ਵੀ ਕੋਲੇਸਟ੍ਰੋਲ ਲਈ ਵੀ ਸਿਨਾਮਨ ਦੀ ਟੀ ਪੀ ਲਓ ਦਾਲਚੀਨੀ ਤੁਸੀਂ ਜਰੂਰ ਹਰ ਸਬਜ਼ੀ ਚ ਦਾਲਚੀਨੀ ਪਾਇਆ ਕਰੋ ਐਪਲ ਸਾਈਡਰ ਵਿਨੇਗਰ ਜਿਹਨੂੰ ਪੰਜਾਬੀ ਸਿਰਕਾ ਕਹਿੰਦੇ ਕੋਈ ਸਲਾਦ ਹੋਵੇ ਦੋ ਬੂੰਦਾਂ ਉਹਦੀਆਂ ਨਾਲ ਪਾ ਲਿਆ ਕਰੋ ਇਹ ਚੀਜ਼ਾਂ ਕੋਲੇਸਟ੍ਰੋਲ ਵੀ ਘਟਾਉਂਦੀਆਂ weight ਵੀ ਘਟਾਉਂਦੀਆਂ ਇੱਕ ਸ਼ਰਤੀਆ ਗੱਲ ਜੇ ਪੱਲੇ ਬੰਨੋ ساری ਉਮਰ ਦੇ ਲਈ ਕੋਲੇਸਟ੍ਰੋਲ ਦੀ ਕੋਈ ਦਵਾਈ ਹੋਏਗੀ ਉਹਦੇ ਨਾਲ ਦਰਦਾਂ ਵੀ ਹੋਣਗੀਆਂ ਹਾਰਟ ਅਟੈਕ ਦੇ ਵੀ ਚਾਂਸਸ ਨੇ ਔਰ ਉਹਦੇ ਨਾਲ ਮਰਦਾਨਾ ਤਾਕਤ ਮਿੱਟੀ ਉਹਦਾ ਕਾਰਨ ਕੀ ਜਿਹੜਾ ਹਰ ਐਪੀਸੋਡ 'ਚ ਮੈਂ ਡਿਟੇਲ 'ਚ ਦੱਸ ਚੁੱਕਾ ਇਹ ਦਵਾਈਆਂ ਲਿੰਗ ਤੇ ਖੂਨ ਦਾ ਦੌਰਾ ਨਹੀਂ ਜਾਂ ਦਿੰਦੀਆਂ ਜਿਹਦੇ ਕਰਕੇ ਪੁਰਸ਼ਾਂ ਨੂੰ ਮੁੰਡਿਆਂ ਨੂੰ ਆਦਮੀਆਂ ਨੂੰ ਮੇਲਜ਼ ਨੂੰ ਇਰੇਕਸ਼ਨ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿੰਨੇ ਸਾਲਾਂ ਤੋਂ ਹਾਰਟ ਦੀਆਂ ਦਵਾਈਆਂ ਖਾ ਰਹੇ ਸ਼ੂਗਰ ਦੀਆਂ ਖਾ ਰਹੇ ਬਲੱਡ ਪ੍ਰੈਸ਼ਰ ਦੀਆਂ ਖਾ ਰਹੇ ਕੋਲੇਸਟ੍ਰੋਲ ਦੀਆਂ ਖਾ ਰਹੇ ਪਾਵੇਂ ਮੈਟਫਾਰਮਿਨ ਨੈਕਟੋਸ ਜੈਨੂਆ ਜੈਨੋਵੈਟ ਖਾ ਰਹੇ ਸ਼ੂਗਰ ਲਈ ਪਾਵੇਂ ਇਨਸੁਲਿਨ ਦਵਾ ਰਹੇ ਪਾਵੇਂ ਤੁਸੀਂ ਬਲੱਡ ਪ੍ਰੈਸ਼ਰ ਲਈ ਐਮਲੋਡੀਪਿਨ ਵੈਸਿਲਟ ਖਾ ਰਹੇ ਹੋ ਲੈਸਨੋਪ੍ਰਿਲ ਖਾ ਰਹੇ ਹੋ ਲੋਸਾਟਿਨ ਖਾ ਰਹੇ ਹੋ ਐਟੀਨੋਲ ਖਾ ਰਹੇ ਹੋ ਜਾਂ ਲੈਸਿਕਸ ਲੈ ਰਹੇ ਹੋ ਇਸੇ ਤਰ੍ਹਾਂ ਹਾਰਟ ਦੇ ਲਈ ਬਲੱਡ ਥਿਨਰ ਐਸਪ੍ਰਿਨ ਲੈ ਰਹੇ ਹੋ ਕੋਲੇਸਟਰੋਲ ਦੀਆਂ ਜਿੰਨੀਆਂ ਦਵਾਈਆਂ ਨੇ ਇਹਨਾਂ ਚਾਰ ਵਾਰੀ ਮੈਂ ਦੇਖੋ ਅੱਜ ਦੇ ਪ੍ਰੋਗਰਾਮ ਚ ਰਿਪੀਟ ਕਰ ਚੁੱਕਾ ਕਿ ਜਿੰਨੀਆਂ ਕੋਲੇਸਟਰੋਲ ਦੀਆਂ ਦਵਾਈਆਂ ਨੇ ਨਾਮ ਡਿਫਰੈਂਟ ਨੇ ਆਲ ਓਵਰ ਦੀ ਵਰਡ ਦਵਾਈਆਂ ਉਹੀ ਹੁੰਦੀਆਂ ਉਹਨੂੰ ਪਾਵੇਂ ਸੀ ਐਟਰੋਵਾਸਟਾਟਿਨ ਕਹ ਲਈਏ ਪਾਵੇਂ ਸੀ ਸੇਮਵਾਸਟਾਟਿਨ ਕਹ ਲਈਏ ਪਾਵੇਂ ਅਸੀਂ ਲਿਪੀਟਰ ਕਹ ਲਈਏ 40 ਮਿਲੀਗ੍ਰਾਮ ਦਿੰਦੇ ਮੈਂ ਕਈ ਪੇਸ਼ੈਂਟਸ ਦੇਖੇ ਨੂੰ 80 80 ਮਿਲੀਗ੍ਰਾਮ ਦਿਖਾ ਰਹੇ ਨੇ ਔਰ ਉਹਦੇ ਨਾਲ ਸੱਚ ਪੁੱਛੋ ਤੇ ਇੱਥੇ ਦੇ ਅਮਰੀਕਾ ਦੇ ਇੰਗਲੈਂਡ ਦੇ ਜਿਹੜੇ ਸਕਾਲਰ ਨੇਚਰਲ ਸਟਡੀ ਦੇ ਵਿੱਚ ਡਾਕਟਰਸ ਨੇ ਜਿਨ੍ਹਾਂ ਦਾ ਕੋਰਸ ਇਸ ਨੇਚਰਲ ਹੈ ਉਹ ਕਲੀਅਰ ਦੱਸਦੇ ਆ ਵੀ ਇਹ ਦਵਾਈਆਂ ਵੈਨ ਹੋ ਚੁੱਕੀਆਂ ਹਨ ਪਰ ਫੈਡਰਲ ਕੰਪਨੀਆਂ ਨੇ ਆਪਣੀਆਂ ਦਵਾਈਆਂ ਵੇਚਣੀਆਂ ਉਹਨਾਂ ਦਾ ਬਿਜ਼ਨਸ ਹੈ ਡਾਕਟਰਸ ਨੂੰ ਲਿਖਣੀਆਂ ਪੈਂਦੀਆਂ ਕਿਉਂਕਿ ਜਦੋਂ ਤੁਸੀਂ ਲਿਪਿਡ ਪ੍ਰੋਫਾਈਲ ਕਰਾਉਂਦੇ ਹੋ ਤੁਹਾਡੇ ਡਾਕਟਰਸ ਬਲੱਡ ਟੈਸਟ ਚੈੱਕ ਕਰਕੇ ਦੇਖਦੇ ਉਹਨਾਂ ਨੂੰ ਕਾਨੂੰਨ ਨਾਲ ਲਿਖਣੀ ਪੈਂਦੀ ਹੈ ਡਾਕਟਰਸ ਆਪਣਾ ਰੋਲ ਸਹੀ ਕਰ ਰਹੇ ਹੁੰਦੇ ਆ ਆਪਣੀ ਸੇਫ ਸਾਈਡ ਲਈ ਤਾਂ ਕਿ ਉਹਨਾਂ ਨੂੰ ਬਲੱਡ ਰਿਪੋਰਟ ਜਾਂ ਉਹਨਾਂ ਨੇ ਕਾਨੂੰਨੀ ਲਿਖਣਾ ਪੈਂਦਾ ਦਵਾਈ ਤੁਹਾਡੀ ਫਿਰ ਜਦੋਂ ਦੇਖਦੇ ਨੰਬਰ ਕੰਟਰੋਲ ਜੇ ਕਈ ਵਾਰ ਕਹਿੰਦੇ ਬੰਦ ਕਰ ਦਿਓ ਇਸ ਕਰਕੇ ਤੁਸੀਂ ਪ੍ਰੇਜ਼ ਆਪਣੇ ਆਪ ਕਰੋ ਫਰਾਈਡ ਚੀਜ਼ਾਂ ਤੋਂ ਬਚੋ ਫਿਸ਼ ਭਾਵੇਂ ਲੈ ਲਓ ਫਿਸ਼ ਤੁਸੀਂ ਲਓ ਸਾਲਮਨ ਫਿਸ਼ ਸੈਰਡਿਨ ਫਿਸ਼ ਫਿਸ਼ ਠੀਕ ਹੈ ਇਹਦੇ ਲਈ ਲੇਕਿਨ ਫਰਾਈਡ ਜਿਹੜੀਆਂ ਜਿਸ ਦਾ ਚਿਕਨ ਸਕਿਨਲੈਸ ਚਿਕਨ ਲੋ ਟਰਕੀ ਲੈ ਲਓ ਇਹ ਜਿਹੜੇ ਨਾਨ ਵੈਜ ਨੇ ਨਹੀਂ ਤੇ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਨੂੰ ਮੈਂ ਹਮੇਸ਼ਾ ਹੀ ਕਹਣਾ ਤੁਸੀਂ ਗ੍ਰੀਨ ਗ੍ਰੇਮ ਲੈਂਟਲ ਸੂਪ ਬ੍ਰੈਡ ਰਾਈਸ ਬਾਰਲੇ ਔਰ ਫਿਰ ਜਿੰਨੀਆਂ ਵੈਜੀਟੇਬਲਸ ਨੇ ਗ੍ਰੀਨ ਵੈਜੀਟੇਬਲਸ ਆ ਗਈਆਂ ਹਾਂ ਯੋਗਰਟ ਲੱਸੀ ਲੈ ਸਕਦੇ ਹੋ ਜੂਸ ਇਸ ਲੈ ਸਕਦੇ ਹੋ ਜਿਆਦਾ ਅਸੀਂ ਇਹ ਹੀ ਕਹਿਣਾ ਠੀਕ ਹੈ ਕਰੇਨਬੈਰੀ ਜੂਸ ਐਲੋਵੇਰਾ ਜੂਸ ਤ੍ਰਿਫਲਾ ਜੂਸ ਸਿਨਮਨ ਟੀ ਔਰ ਗ੍ਰੀਨ ਗ੍ਰੇਮ ਲੈਂਟਲ ਸੂਪ ਮੈਂ ਹਮੇਸ਼ਾ ਕਹਿਣਾ ਛੋਲਿਆਂ ਦੀ ਤਰ੍ਹਾਂ ਹਾਂ ਕੀ ਇਹ ਇਧਰ ਰਹਿਤਾ ਆ ਦਸਣਾ ਭੁੱਲ ਗਿਆ ਕੇਹੇ ਦਰਿਆ ਤਾਂ ਬਹੁਤ ਚੰਗੀ ਚੀਜ਼ ਨੇ ਕੋਲੇਸਟਰੋਲ ਵਾਲਿਆਂ ਲਈ ਕਿ ਆ ਭਾਵੇਂ ਤੁਸੀਂ ਕੇਹੇ ਤੇ ਪਕੌੜੇ ਬਣਾ ਕੇ ਖਾਓ ਭਾਵੇਂ ਕੇਹੇ ਦਾ ਜੂਸ ਪੀਓ ਭਾਵੇਂ ਕੇਹੇ ਦਾ ਰਹਿਤਾ ਪਾਓ ਤੇ ਕੇਹੇ ਦਾ ਤੁਸੀਂ ਉਸ ਤਰ੍ਹਾਂ ਇਕਸਟ੍ਰੈਕਟ ਕੱਢ ਕੇ ਜ਼ਰੂਰ ਪੀ ਲਿਆ ਕਰੋ ਕੇਹੇ ਆ ਬੜਾ ਚੰਗੀ ਚੀਜ਼ ਲੇ ਕੋਲੇਸਟਰੋਲ ਵਾਲਿਆਂ ਲਈ ਕਈ ਤੇ ਇਹਨਾਂ ਨੁਸਖਿਆਂ ਦੇ ਨਾਲ ਹੀ ਆਪਣੇ ਆਪ ਹੀ ਕੰਟਰੋਲ ਕਰ ਲੈਂਦੇ ਆ ਨਹੀਂ ਤੇ ਬ੍ਰਿਸਕ ਵਾਕ ਤੇ ਐਕਸਰਸਾਈਜ਼ ਦੇਖੋ ਕੋਲੇਸਟਰੋਲ ਜਮਾ ਹੋਣਾ ਸ਼ੁਰੂ ਹੋਇਆ ਨਹੀਂ ਤੇ ਲਾਈਫ ਦਾ ਰਿਸਕ ਸ਼ੁਰੂ ਹੋਇਆ ਨਹੀਂ ਔਰ ਨਾਲ ਹੀ ਤੁਸੀਂ ਅੰਗਰੇਜ਼ੀ ਦਵਾਈ ਸ਼ੁਰੂ ਕੀਤੀ ਨਹੀਂ ਤੇ ਸਾਈਡ ਇਫੈਕਟ ਵਧਦੇ ਗਏ ਤੇ ਲਾਈਫ ਦਾ ਫੇਰ ਰਿਸਕ ਹੋਤੇ ਕਿੰਨੇ ਕੇਸਿਸ ਮੈਂ ਸੁਣ ਚੁੱਕਾ ਕਿ ਸਿਰਫ ਕੋਲੇਸਟ੍ਰੋਲ ਕਰਕੇ ਬੀਪੀ ਵਧ ਗਿਆ ਬੀਪੀ ਇੰਨਾ ਕੁ ਵਧ ਗਿਆ ਤਾਜ਼ੀਆਂ-ਤਾਜ਼ੀਆਂ ਖਬਰਾਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਬੀਪੀ ਵਧ ਗਿਆ ਸਟ੍ਰੋਕ ਹੋ ਗਿਆ ਬੇਵੋਸ਼ੀ ਹੋ ਗਈ ਹਸਪੀਟਲ ਪਏ ਔਰ ਯਾਦਸ਼ਟ ਖਤਮ ਹੋ ਗਈ ਸਾਰਾ ਪਾਸਾ ਵਿੰਗਾ ਹੋ ਗਿਆ ਹੋਸ਼ ਨਹੀਂ ਆਪਣੇ ਘਰਦਿਆਂ ਨੂੰ ਵੀ ਨਾ ਵਾਈਫ ਨੂੰ ਪਛਾਣਦੇ ਨਾ ਬੱਚਿਆਂ ਨੂੰ ਪਛਾਣ ਰਹੇ ਨੇ ਔਰ ਯੰਗ ਏਜ ਦੇ ਵਿੱਚ ਐਸ ਵੇਲੇ ਹਸਪੀਟਲ ਪਏ ਓਨਲੀ ਬਿਕੋਜ਼ ਆਫ ਹਾਈ ਬੀਪੀ ਹਾਈ ਬੀਪੀ ਵਧਿਆ ਕੋਲੇਸਟ੍ਰੋਲ ਕਰਕੇ ਉਹਦੇ ਵਿੱਚ ਮੇਰਾ ਤਾਂ ਇਹੀ ਖਿਆਲ ਹੈ ਕਿ ਜਿਨ੍ਹਾਂ ਨੂੰ ਮੈਂ ਜਾਨਣਾ ਉਹਦੇ ਵਿੱਚ ਕੀ ਹੈ ਕਿ ਲੋਕੀ ਸੇਵਾ ਬਹੁਤ ਕਰਦੇ ਰਹੇ ਉਹਦੇ ਨਾਲ ਖਾਣ ਦੇ ਵਿੱਚ ਹਰ ਤਰ੍ਹਾਂ ਦੇ ਕਿਉ ਪਨੀਰ ਜੋ ਮਿਲਦਾ ਸਭ ਖਾਂਦੇਗੇ ਸਮ ਟਾਈਮਸ ਦਾ ਰੀਜ਼ਨ ਆਫ ਦਾ ਹਾਈਪੋਲੋਕ੍ਰੇਸਟੇਮੀਆ ਇਜ਼ ਓਵਰ ਈਟਿੰਗ ਬਹੁਤ ਜ਼ਿਆਦਾ ਖਾਣਾ ਬਹੁਤ ਜ਼ਿਆਦਾ ਸਮੋਕਰਨਾ ਬਹੁਤ ਜ਼ਿਆਦਾ ਡਰਿੰਕ ਕਰਨਾ ਐਕਸਰਸਾਈਜ਼ ਬਿਲਕੁਲ ਨਹੀਂ ਕਰਨਾ ਸਟੈਂਟਰੀ ਲਾਈਫਸਟਾਈਲ ਕੇਕ ਪੇਸਟਰੀਆਂ ਮਿੱਠਾ ਜ਼ਿਆਦਾ ਖਾਣਾ ਇਹ ਚੀਜ਼ਾਂ ਕੋਲੇਸਟ੍ਰੋਲ ਵਧਾਉਂਦੀਆਂ ਕੋਲੇਸਟ੍ਰੋਲ ਵਧਿਆ ਨਹੀਂ ਆਮਾ ਵਧੀ ਨਹੀਂ ਤੇ ਸਾਈਡ ਇਫੈਕਟ ਹੋਏ ਨਹੀਂ ਸਾਰੀਆਂ ਬਿਮਾਰੀਆਂ ਦਾ ਕਾਰਨ ਕੋਲੇਸਟ੍ਰੋਲ ਬਣ ਜਾਂਦਾ ਜੇ ਔਰ ਪਤਾ ਤੁਹਾਨੂੰ ਸਿਰਫ ਬਲੱਡ ਟੈਸਟ ਤੋਂ ਲੱਗਦਾ ਤੁਸੀਂ ਆਪਣੇ ਡਾਕਟਰ ਨੂੰ ਕਹੋ ਤੁਹਾਡਾ ਲਿਪਿਡ ਪ੍ਰੋਫਾਈਲ ਕਰਾਣ ਹਰ 3 ਮਹੀਨੇ ਬਾਅਦ ਕਰਾਓ ਮੈਂ ਇਹ ਹੀ ਦੱਸਿਆ ਕਿ ਜਿਹੜਾ HDL ਆ ਨਾਰਮਲ 40 ਤੱਕ ਰਵੇ ਜਾਂ 40 ਤੋਂ ਉੱਪਰ ਰਵੇ ਨਿਤਮ ਸਟਾਰਟ ਹੀ ਦੱਸਿਆ ਸੀ ਕਿ HDL 70 ਤੱਕ ਬੈਸਟ LDL ਜਿਹੜਾ ਬੈਡ ਕਲਸਟਰ 130 ਤੱਕ ਬੈਸਟ ਟੋਟਲ 200 ਹੋਵੇ ਜਿਆਦਾ ਨਾ ਹੋਵੇ ਉਹ ਪੇਸ਼ੈਂਟ ਦੇਖੇ ਮੈਂ ਟ੍ਰਾਈਗਲਿਸਰਿਡ ਜਿਨ੍ਹਾਂ ਦਾ 150 ਰਵੇ ਠੀਕ ਆ 4 400 ਹਾਂ ਜਿਨ੍ਹਾਂ ਦਾ ਟ੍ਰਾਈਗਲਿਸਰਿਡ ਜਾਈਦਾ ਉਹਨਾਂ ਲਈ ਸਭ ਤੋਂ ਜ਼ਿਆਦਾ ਵਧੀਆ ਚੀਜ਼ ਆ ਬ੍ਰਿਸਕ ਵਾਕ ਵੀ ਤੇਜ਼ ਤੇਜ਼ ਤੁਰਨ ਜਿੱਦਾਂ ਤੁਹਾਨੂੰ ਪਤਾ ਆ ਕਿ ਮੈਂ ਕਿੰਨੇ ਨੁਸਕੇ ਦੱਸ ਚੁੱਕਾ ਡਾਇਬੀਟਿਸ ਵਾਸਤੇ ਸ਼ੂਗਰ ਵਾਸਤੇ ਵੀ ਕਰੇਲੇ ਭਾਵੇਂ ਕੱਚੇ ਖਾਓ ਤੇ ਭਾਵੇਂ ਕਰੇਲੇ ਦੀ ਸਬਜ਼ੀ ਖਾਓ ਨਹੀਂ ਤੇ ਕਰੇਲਿਆਂ ਦਾ ਪੱਤਾ ਜਾਂ ਕਰੇਲੇ ਕੱਚੇ ਪੈਰ ਦੇ ਥੱਲੇ ਬਣ ਕੇ ਪੈਦਲ ਤੁਰਨਾ ਸ਼ੁਰੂ ਕਰ ਦਿਓ ਨਹੀਂ ਤਾਂ ਫਿਰ ਇੱਕ ਥਾਲੀ ਦੇ ਵਿੱਚ ਕਰੇਲਾ ਦਾ ਜੂਸ ਬਣਾ ਕੇ ਉਹਦੇ ਚ ਪੀਓ ਉਹਦੇ ਉ ਜਾ ਚੱਲਣਾ ਦੋ ਤਕਾਰ ਨੇ ਜਾਂ ਤੇ ਪੈਰ ਕੁਰਸੀ ਤੇ ਇਦਾਂ ਹੀ ਬੈਠ ਕੇ ਪੈਰੋ ਦੇ ਚ ਡਬੋ ਦਿਓ ਓਨੀ ਦੇ ਡੁੱਬੇ ਰਹੇ ਤੇ ਜਿੰਨੀ ਦੇਰ ਤੁਹਾਨੂੰ ਕਰੇਲੇ ਦਾ ਟੇਸ ਜ਼ੁਬਾਨ ਤੱਕ ਨਹੀਂ ਆਂਦਾ ਤੁਹਾਨੂੰ ਪਤਾ ਲੱਗ ਜਾਏਗਾ ਇਹ ਕਿਉਂ ਕਿ ਕਿ ਨਾੜੀਆਂ ਰਸਤੇ ਸਾਰੀਆਂ ਜਿਹੜੀਆਂ ਪੈਰ ਤੋਂ ਲੈ ਕੇ ਸਿਰ ਤੱਕ ਜਦੋਂ ਉਹ ਨਾੜੀਆਂ ਐਬਜ਼ੌਰਬ ਕਰਦੀਆਂ ਨੇ ਐਕਸਟ੍ਰੈਕਟਸ ਇਹ ਚੈਨਲਸ ਨੇ ਇਹ ਵੀ ਇਲੈਕਟ੍ਰਿਕ ਵਾਇਰਸ ਹੰਗਰ ਨੇ ਸੈਂਸਰੀ ਸੈਲਸ ਨੇ ਨਰਵਜ਼ ਹੀ ਨੇ ਹਰ ਜਗ੍ਹਾ ਨਰਵਜ਼ ਨੇ ਬਲੱਡ ਵੈਸਲਸ ਨੇ ਟੈਂਡਨਸ ਨੇ ਉਹ ਖੂਨ ਦੀਆਂ ਨਾੜੀਆਂ ਦੇ ਵਿੱਚੋਂ ਜਾਂਦਾ ਜਦੋਂ ਟੇਸ ਜ਼ੁਬਾਨ ਤੱਕ ਆ ਜਾਂਦਾ ਤੁਹਾਡੀ ਇਨਸੂਲਿਨ ਛੁੱਟ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਸੀ ਐਕਸਰਸਾਈਜ਼ ਦੇ ਵਿੱਚ ਕਰੇਲੇ ਦਾ ਪੱਤਾ ਬਣ ਕੇ ਤੁਰਨਾ ਸ਼ੁਰੂ ਕਰ ਦਿਓ ਉਦੋਂ ਤੱਕ ਚੱਲਦੇ ਜਾਓ ਜਦੋਂ ਤੱਕ ਤੁਹਾਡੇ ਮੂੰਹ 'ਚ ਸਵਾਦ ਨਹੀਂ ਆਂਦਾ ਜਿੱਥੇ ਤੁਹਾਡੇ ਮੂੰਹ 'ਚ ਕੌੜਾ ਸਵਾਦ ਆ ਗਿਆ ਵਾਪਸ ਆ ਜਾਓ ਉਹਦੇ ਨਾਲ ਸ਼ੂਗਰ ਵੀ ਘਟ ਜਾਂਦੀ ਹੈ ਔਰ ਇਸੇ ਤਰ੍ਹਾਂ ਦੇ ਨੁਸਖੇ ਕੋਲੇਸਟ੍ਰੋਲ 'ਤੇ ਬੜੇ ਦੱਸੇ ਸਭ ਤੋਂ ਵਧੀਆ ਕੋਲੇਸਟ੍ਰੋਲ ਲਈ ਲਸਣ ਠੀਕ ਹੈ ਲਸਣ ਪਿਆਜ਼ ਹਲਦੀ ਕਿੰਨੇ ਨੁਸਖੇ ਮੈਂ ਅੱਗੇ ਦੱਸ ਚੁੱਕਾ ਲੇਕਿਨ ਸਾਡੀ ਦੇਸੀ ਦਵਾਈ ਕੋਲੇਸਟ੍ਰੋਲ ਦੀ ਨਾਲੇ ਤਾਂ ਕੋਲੇਸਟ੍ਰੋਲ ਫਾਇਦਾ ਕਰ ਜਾਂਦੀ ਹੈ ਕਈਆਂ ਦੀਆਂ ਦਰਦਾਂ ਬਹੁਤੇ ਪੇਸ਼ੈਂਟਸ ਜਦੋਂ ਮੈਨੂੰ ਕਾਲ ਕਰਦੇ ਆ ਬਲੱਡ ਪ੍ਰੈਸ਼ਰ ਵੀ ਆ ਜੀ ਸ਼ੂਗਰ ਵੀ ਆ ਜੀ ਕੋਲੇਸਟ੍ਰੋਲ ਵੀ ਆ ਜੀ ਆਰਥਰਾਇਟਸ ਵੀ ਆ ਜੀ ਵੀ ਥਾਇਰੋਇਡ ਵੀ ਆ ਜੀ ਹਾਰਟ ਵੀ ਅਟੈਕ ਹੋ ਚੁੱਕਾ ਹੈ ਸਟੰਟ ਪੁਆਏ ਹੋਏ ਆ ਇੱਥੇ ਤੱਕ ਕਿ ਕਈਆਂ ਨੇ ਬਾਈਪਾਸ ਸਰਜਰੀ ਕਰਾਈ ਔਰ ਉਹ ਦਵਾਈਆਂ ਸਾਰੀ ਉਮਰ ਖਾਂਦੇ ਰਹਿੰਦੇ ਮੈਂ 92 92 ਸਾਲ ਦੇ ਬੰਦਿਆਂ ਨੂੰ ਦਵਾਈ ਭੇਜ ਰਿਹਾ ਔਰ ਉਹਨਾਂ ਨੂੰ ਸਾਰੀ ਉਮਰ ਹੋ ਗਈ ਕੋਲੇਸਟ੍ਰੋਲ ਦੀਆਂ ਦਵਾਈਆਂ ਖਾਂਦੇ ਅਸੀਂ ਫਿਰ ਉਹ ਦਵਾਈਆਂ ਛਡਾ ਦਿੰਦੀਆਂ ਜਦੋਂ ਅਸੀਂ ਤੁਹਾਨੂੰ ਕ੍ਰੈਸਟੋਲ ਦੀ ਦਵਾਈ ਭੇਜੀ ਕੋਈ ਅੰਗਰੇਜ਼ੀ ਦਵਾਈ ਖਾਣ ਦੀ ਲੋੜ ਨਹੀਂ ਨਾਲ ਹੀ ਛੱਡ ਦਿਓ ਇਮੀਡੀਏਟਲੀ ਨਹੀਂ ਤੇ ਕੋਈ ਨਹੀਂ ਕਹਿੰਦਾ ਏਡੀ ਜਲਦੀ ਛੱਡੋ ਇਸੇ ਤਰ੍ਹਾਂ ਭਾਵੇਂ ਬਲੱਡ ਪ੍ਰੈਸ਼ਰ ਦੀ ਜੇ ਮੈਂ ਤੁਹਾਨੂੰ ਸਪੈਸ਼ਲ ਨੁਸਖਾ ਦੇ ਭੇਜਦਾ ਬਲੱਡ ਪ੍ਰੈਸ਼ਰ ਦੀ ਦਵਾਈ ਨਾਲ ਹੀ 슈ਗਰ ਦੀ ਥੋੜੀ ਦੇਰ ਬਾਅਦ ਅਸੀਂ ਕਹਿੰਨੇ ਛੱਡੋ ਵੀ ਜੇ ਤੁਸੀਂ ਪੂਰੀ ਦਵਾਈ ਜਿਹੜੀ ਮੈਂ ਭੇਜਾਂ ਜੇ ਤਰੀਕੇ ਨਾਲ ਖਾਓ ਕਈ ਬੰਦੇ ਪਹਿਲਾਂ ਮੈਨੂੰ ਕਾਲ ਕਰਦੇ ਤੇ ਸਾਰਾ ਕੁਝ ਦੱਸਣਗੇ ਪੁੱਛਣਗੇ ਜੀ ਦੂਜੀ ਦਵਾਈ ਛੱਡ ਸਕਦੇ ਆ ਫਿਰ ਸਾਨੂੰ ਪੂਰੀ ਸਪੈਸ਼ਲ ਫਾਰਮੂਲੇ ਦੇਣੇ ਪੈਂਦੇ ਉਹ ਦਵਾਈ ਖਾਣੀ ਤੁਹਾਡੀ ਜ਼ਿੰਮੇਵਾਰੀ ਹੈ ডোজ ਜਿੱਦਾਂ ਮੈਂ ਦੱਸਾਂ ਉਦਾਂ ਖਾਓ ਬੜਾ ਸੌਖਾ ਪਰ ਕੋਲੇਸਟ੍ਰੋਲ ਦੀ ਦਵਾਈ ਕੋਈ ਬਹੁਤੀ ਜ਼ਿਆਦਾ ਨਹੀਂ ਖਾਣੀ ਪੈਂਦੀ ਔਰ ਬਹੁਤੀਆਂ ਜ਼ਿਆਦਾ ਦਾ ਗਰੁੱਪ ਨਹੀਂ ਹੁੰਦਾ ਦਵਾਈਆਂ ਦਾ ਇਸ ਕਰਕੇ ਤੁਸੀਂ ਜੇ ਕੋਲੇਸਟ੍ਰੋਲ ਤੋਂ ਬਚਣਾ ਹੈ ਸਾਈਡ ਇਫੈਕਟ ਤੋਂ ਬਚਣਾ ਹੈ 슈ਗਰ ਤੋਂ ਬਚਣਾ ਹੈ ਬਲੱਡ ਪ੍ਰੈਸ਼ਰ ਤੋਂ ਝਕਣਾ ਹੈ ਮੈਨ ਪਾਵਰ ਆਪਣੀ ਗੇਨ ਕਰਨੀ ਦੁਬਾਰਾ ਮੈਂਟਲ ਸਟਰੈਂਥ ਜੇ ਕੋਲੇਸਟ੍ਰੋਲ ਵਧੇਗਾ ਮੈਮਰੀ ਵੀ ਘਟ ਜਾਂਦੀ ਜੇ ਮੈਮਰੀ ਘਟ ਜਾਂਦੀ ਜੇ ਔਰ ਨੀਂਦ ਜ਼ਿਆਦਾ ਆਣੀ ਇਹਦੇ ਨਾਲ ਆ ਕਿ ਕੋਲੇਸਟ੍ਰੋਲ ਜਿੰਨਾ ਦਾ ਵੱਧ ਗਿਆ ਸਰੀਰ ਤੇ ਫੁੱਲਣਾ ਹੀ ਫੁੱਲਣਾ ਪਸੀਨਾ ਜ਼ਿਆਦਾ ਆਣਾ ਸਰੀਰ ਚੋਂ ਸਮੈਲ ਜ਼ਿਆਦਾ ਆਣ ਲੱਗ ਜਣੀ ਹੈ ਬਾਰ ਬਾਰ ਰਿਪੀਟ ਕਰ ਰਿਹਾ ਲਾਸ ਆਫ ਲਿਬਿਡੋ ਜਿਹਦਾ ਪੰਜਾਬੀ ਚ ਮਤਲਬ ਹੈ ਕਿ ਉਹਦੇ ਨਾਲ ਮੈਨ ਪਾਵਰ ਸੈਕਸੂਅਲ ਪਾਵਰ ਘਟ ਜਾਂਦੀ ਹੈ ਔਰ ਜਿੰਨੀਆਂ ਅੰਗਰੇਜ਼ੀ ਦਵਾਈਆਂ ਦੇ ਮੈਂ ਨਾਂ ਲੈ ਜਿੰਨੀਆਂ ਮੈਂ ਬਿਮਾਰੀਆਂ ਦੇ ਨਾਂ ਲੈ ਇਹ ਸਾਰਿਆਂ ਦੇ ਕਰਕੇ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂਦੀ ਜਿਹੜਾ ਮੈਂ ਮੈਡੀਕਲੀ ਕਰੋੜਾਂਵਾਰੀ ਬੋਲ ਚੁੱਕਾ all these medicines don't let the blood supply go to corpora cavernosa and corpus spongiosa those are the penile tissues where the blood supply is needed to maintain the erection punjabi log ode samajhna ke eh jehdiyan dawaiyan ne angrezi ling te khoon da daura nahi jaan dindi so pyare darshako praise twada exercise karo loki da juice piyo nahi te mere number screen te flash kar de call karo tel cholesterol da nuskha koi zyada mingar nahi ਔਰ ਫਿਰ ਸ਼ਰਤियां ਕੋਲੇਸਟ੍ਰੋਲ ਤੁਸੀਂ 2-4 ਮਹੀਨੇ ਦਵਾਈ ਖਾ ਲਓ 6 ਮਹੀਨੇ ਖਾਓ ਇਹ ਡਿਪੈਂਡ ਕਰਦਾ ਕਿੰਨਾ ਪੁਰਾਣਾ ਕਿੰਨਾ ਤੁਸੀਂ ਪ੍ਰੇਸ਼ ਕਰਦੇ ਹੋ ਅੱਧਾ ਪ੍ਰੇਸ਼ ਤੁਸੀਂ ਆਪ ਹੀ ਜਦੋਂ ਕਰ ਲਿਆ ਤੇ ਅੱਧਾ ਤੇ ਤੁਹਾਡਾ ਕੋਲੇਸਟ੍ਰੋਲ ਆਪਣੇ ਆਪ ਹੀ ਠੀਕ ਹੋ ਜਾਣਾ ਬਾਰ ਬਾਰ ਕਹਿ ਰਹੇ ਹਾਂ ਕੋਲੇਸਟ੍ਰੋਲ ਠੀਕ ਤੁਸੀਂ ਆਪ ਕਰ ਸਕਦੇ ਹੋ ਪ੍ਰੇਸ਼ ਨਾਲ ਜਿੰਨੀਆਂ ਚੀਜ਼ਾਂ ਰਸੋਈ ਚ ਨੇ ਜੇ ਤਰੀਕੇ ਨਾਲ ਲਓ ਲਸਣ ਪਿਆ ਜਦਰਕ ਤੇ ਜ਼ੋਰ ਲਾ ਦਿਓ ਸਿਨਮਨ ਤੇ ਜ਼ੋਰ ਲਾ ਦਿਓ ਸਿਨਮਨ ਟੀਪ ਲਓ ਮਿਲਕ ਪ੍ਰੋਡਕਟਸ ਬੰਦ ਕਰਨੇ ਕੇਕ ਪੇਸਟਰੀ ਬੰਦ ਕਰ ਲਈ ਹੈ ਅੰਡੇ ਬੰਦ ਆ ਨਟਸ ਲੋ ਬਦਾਮ ਲੋ ਆਨੀਅਨ ਲੋ ਫਿਸ਼ ਲੋ ਜਿਹੜੇ ਨਾਨ ਵੇਜ ਔਰ ਟਿਊਨਾ ਫਿਸ਼ ਲੈ ਲੈਣ ਸਾਰਡਨ ਫਿਸ਼ ਲੈ ਲੈਣ ਸੈਲਮਨ ਫਿਸ਼ ਲੈ ਲੈਣ ਟਰਕੀ ਲੈ ਸਕਦੇ ਔਰ ਅੰਡੇ ਦੀ ਜਿਹੜੀ yellow ਹੁੰਦੀ ਆ ਉਹ ਜ਼ਿਆਦਾ ਕੋਲੇਸਟ੍ਰੋਲੀ ਹੁੰਦੀ ਨੇ ਰਏ ਉਹ ਅੰਡੇ ਨਹੀਂ ਖਾਣੇ ਨਹੀਂ ਤੇ yellow ਕੱਢ ਕੇ ਸੁੱਟ ਦੇਣੀ ਆ ਜੇ ਖਾਂਦੇ ਹੀ ਉਹ ਤੇ ਹਫਤੇ 2 ਤੋਂ 3 ਐਗਸ ਲੈ ਸਕਦੇ ਹੋ ਜ਼ਿਆਦਾ ਨਹੀਂ ਮਿਲਕ ਪ੍ਰੋਡਕਟਸ ਹਮੇਸ਼ਾ ਕਹਿੰਦੇ ਵੀ ਫਿਰ ਨਹੀਂ ਪਨੀਰ ਬੰਦ ਤੇ ਬਟਰ ਬੰਦ ਮੱਖਣ ਘੱਟ हां लस्सी ਲੈ ਸਕਦੇ ਹੋ ਗ੍ਰੀਨ ਗ੍ਰਾਮ ਲੈਂਟਲ ਸੂਪ ਛੋਲਿਆਂ ਦੀ ਤਰੀ ਲ ਲਓ ਜੇ ਚਿਕਨ ਹੀ ਲੈਣਾ ਤਾਂ ਚਿਕਨ ਸੂਪ ਲੈ ਲਓ ਨਹੀਂ ਤਾਂ ਸਕਿਨਲੈਸ ਚਿਕਨ ਲਓ ਔਰ ਇਹਨਾਂ ਜ਼ਰੂਰ ਦੱਸ ਦਵਾ ਕਿ ਜਿਹੜੇ ਦੁਨੀਆ ਪਹਿਲੀ ਵਾਰੀ ਦੇਖ ਰਹੀ ਆ ਉਹਨਾਂ ਦੀ ਨੌਲੇਜ ਲਈ ਸਰੀਰ ਦੀ ਕੋਈ ਬਿਮਾਰੀ ਹੋਵੇ ਘਬਰਾਣ ਵਾਲੀ ਜੇ ਅੱਜ ਕੋਲੇਸਟ੍ਰੋਲ ਤੇ ਗੱਲ ਕੀਤੀ ਤੇ ਇਹਨਾਂ ਤੁਸੀਂ ਸਮਝਣਾ ਕਿ ਕੱਲਾ ਹੀ ਅਸੀਂ ਐਸੀ ਚੀਜ਼ ਦੀ ਦਵਾਈ ਦਿੰਨੇ ਆ ਭਾਵੇਂ ਬਲੱਡ ਪ੍ਰੈਸ਼ਰ ਹੋਵੇ ਸ਼ੂਗਰ ਹੋਵੇ ਕੋਲੇਸਟ੍ਰੋਲ ਹੋਵੇ सेक्स ਦੀ ਕੋਈ ਪ੍ਰੋਬਲਮ ਹੈ ਜਿਹੜੀ ਸਾਡੀ ਸਪੈਸ਼ialਟੀ ਹੈ ਮਰਦਾਨਾ ਤੱਕ ਦੀ ਦਵਾਈ ਜਿਹੜੀ ਆਲ ਓਵਰ ਦੀ ਵਰਡ ਐਨੇ ਲੰਬੇ ਅਰਸੇ ਤੋਂ ਜਾ ਰਹੀ ਹੈ। ਔਰ ਸਕਿਨ ਦੀ ਕੋਈ ਪ੍ਰੋਬਲਮ ਹੋਵੇ, ਸੋਰਾਈਸਿਸ ਹੋਵੇ, ਵਿਟਿਲੀਗੋਫਲਵੇਰੀ ਹੋਵੇ। ਔਰ ਹਾਰਟ ਟੈਗ ਦੀ ਪ੍ਰੋਬਲਮ ਹੋਵੇ, ਅੰਜਾਇਨਾ ਹੋਵੇ, ਆਰਟਰੀਜ਼ ਦੀ ਬਲੋਕੇਜ ਹੋਵੇ, ਯਾਦਦਾਸ਼ਟ ਮੈਮਰੀ ਪ੍ਰੋਬਲਮ ਹੋਵੇ। ਸਟ੍ਰੈਸ ਐਂਗਜ਼ਾਇਟੀ ਡਿਪਰੈਸ਼ਨ ਹੋਵੇ। ਹਰ ਬਿਮਾਰੀ ਦਾ ਇਲਾਜ ਹਾਂ ਦਰਦਾਂ ਆਰਥਰਾਇਟਿਸ ਜਿਹੜੀਆਂ ਅੱਜਕੱਲ੍ਹ ਠੰਡ 'ਚ ਸ਼ੁਰੂ ਹੋ ਜਾਣੀਆਂ। ਕੋਈ ਗੋਡੇ ਬਦਲਾਨ ਦੀ ਲੋੜ ਨਹੀਂ ਕੋਈ ਮੋਡੇ ਬਦਲਾਨ ਦੀ ਲੋੜ ਨਹੀਂ ਕੋਈ ਇੰਜੈਕਸ਼ਨ ਲਗਵਾਉਣ ਦੀ ਲੋੜ ਨਹੀਂ ਇਸੇ ਕਰਕੇ ਵੀ ਟਾਈਮ ਨਾਲ ਫੜੋ ਦਵਾਈ ਲਗਾਤਾਰ ਖਾਓ ਦਰਦਾਂ ਭਾਵੇਂ ਕਿਸੇ ਕਿਸਮ ਦੇ ਹੋਣ ਗੋਡਾ ਦਰਦ ਮੋਡਾ ਦਰਦ ਪੇਟ ਦਰਦ ਅਪੈਂਡੀਸਾਈਟਸ ਕਿਡਨੀ ਸਟੋਨ ਗਲ ਬਲੇਡਰ ਸਟੋਨਸ ਔਰ ਮਾਈਗਰੇਨ ਹਰ ਬਮਾਰੀ ਦਾ ਇਲਾਜ ਅਸੀਂ ਦੇਸੀ ਤਰੀਕੇ ਨਾਲ ਕਰਦੇ ਹਾਂ ਔਰ ਘਰ ਬੈਠੇ ਤੁਹਾਨੂੰ ਦਵਾਈ ਪਹੁੰਚਦੀ ਹੈ ਦੋਨੇ ਨੰਬਰ ਸਕਰੀਨ ਤੇ ਦੇਖੋ ਲਗਾਤਾਰ ਫਲੈਸ਼ ਕਰ ਰਹੇ ਧਿਆਨ ਨਾਲ ਸੁਨਿਆ ਕਰੋ ਐਡਰੈਸ ਮੇਰਾ ਨਜ਼ਰ ਤਾਰ ਆ ਰਿਹਾ ਰਿਚਮੰਡਲ ਨਿਊਯਾਰਕ ਦੇ ਵਿੱਚ ਆ ਫੋਨ ਕਰਕੇ ਐਡਰੈਸ ਨਾ ਪੁੱਛਿਆ ਕਰੋ ਸਿਰਫ ਸਾਹਮਣੇ ਦੇਖਿਆ ਕਰੋ ਕੰਟੀਨਿਊਸਲੀ ਸਕਰੋਲ ਥੱਲੇ ਚੱਲ ਰਹੀ ਆ ਮੇਰੇ ਐਡਰੈਸ ਦੀ ਈਮੇਲ ਦੀ ਤਾਂ ਪਿਆਰੇ ਦਰਸ਼ਕੋ ਮੈਂ ਬਾਰ-ਬਾਰ ਰਿਪੀਟ ਕਰ ਰਹੇ ਹਾਂ ਬਿਮਾਰੀ ਕੋਈ ਹੋਵੇ ਇਲਾਜ ਦੇਸੀ ਦਵਾਈ ਘਰ ਬੈਠੇ ਆਲ ਓਵਰ ਦੀ ਵਰਡ ਅਮਰੀਕਾ ਦੀ ਕਿਸੇ ਸਟੇਟ ਦੇ ਵਿੱਚ 3 ਟੂ 5 ਡੇਸ ਦਵਾਈ ਪਹੁੰਚ ਜਾਂਦੀ ਹੈ ਕੈਨੇਡਾ ਦੇ ਵਿੱਚ ਹਫਤਾ ਦੋ ਹਫ਼ਤੇ ਲੱਗ ਜਾਂਦੇ ਕਈ ਵਾਰੀ ਇਹ ਵੀ ਡਿਪੈਂਡ ਕਰਦਾ ਕਿ ਕਿੰਨੀ ਜਲਦੀ ਅਸੀਂ ਦਵਾਈ ਕਢਦੇ ਸਾਡੀ ਸਰਵਿਸ ਫਾਸਟੈਸਟ ਇਨ ਦਾ ਵਰਡ ਜਦੋਂ ਤੁਹਾਡੀ ਮੇਰੀ ਗੱਲ ਹੁੰਦੀ ਹੈ ਤੁਸੀਂ ਉਸ ਲਈ ਪੇ ਕਰਦੇ ਹੋ ਅਗਲੇ ਦਿਨ ਦਵਾਈ ਨਿਕਲ ਜਾਂਦੀ ਹੈ ਮੇਰਾ ਖਿਆਲ ਟਾਈਮ ਜ਼ਾਸਤ ਨਹੀਂ ਦੇ ਰਿਹਾ ਤੁਹਾਡੇ ਸਾਰੇ ਦੇਖਣ ਵਾਲੇ ਤੇ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ